ਸਾਈਕੋਲੋਜੀ ਦੇ ਵਿੱਚ ਆਪਣਾ ਜਿਹੜਾ ਨੈਕਸਟ ਟੌਪਿਕ ਸੀਗਾ ਜਿਹਨੂੰ ਆਪਾਂ ਇੱਕ ਪਾਰਟ ਇਹਦਾ ਕਰ ਚੁੱਕੇ ਸੀ ਉਹ ਹੈਗਾ ਜੀ ਅਸੈਸਮੈਂਟ ਜਿਹਨੂੰ ਅਸੀਂ ਮੁਲਾਂਕਣ ਬੋਲਦੇ ਹਾਂ। ਤਾਂ ਮੁਲਾਂਕਣ ਦੇ ਵਿੱਚ ਅਸੈਸਮੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਅਸੈਸਮੈਂਟ ਹੁੰਦੀ ਆਪਾਂ ਇਹਦੀ ਗੱਲ ਪਹਿਲਾਂ ਕਰ ਚੁੱਕੇ ਸੀ ਇਹਦੇ ਦੋ ਜਿਹੜੇ ਪੁਆਇੰਟਸ ਆਪਾਂ ਕਵਰ ਅਪ ਕੀਤੇ ਹੋਏ ਆ। ਨੈਕਸਟ ਆ ਜਿਹੜਾ ਉਹਦੀ ਡਿਸਕਸ਼ਨ ਕਰਦੇ ਹਾਂ ਵੀ ਉਹ ਕੀ ਹੈ। ਤੁਹਾਨੂੰ ਦੱਸਿਆ ਸੀ ਕਿ ਅਸੈਸਮੈਂਟ ਦੇ ਵਿੱਚ ਅਸੈਸਮੈਂਟ ਆਫ ਲਰਨਿੰਗ ਦਾ ਪੋਰਸ਼ਨ ਅਸੀਂ ਸਟੱਡੀ ਕੀਤਾ ਹੋਇਆ, ਅਸੈਸਮੈਂਟ ਫੋਰ ਲਰਨਿੰਗ ਅਸੈਸਮੈਂਟ ਐਜ਼ ਲਰਨਿੰਗ, ਉਸ ਤੋਂ ਬਾਅਦ ਅਸੈਸਮੈਂਟ ਇਨ ਲਰਨਿੰਗ। ਆ ਚਾਰ ਪੋਰਸ਼ਨ ਆ ਜਿਹੜੇ ਅਸੈਸਮੈਂਟ ਦੇ। ਇਹਨਾਂ ਤੋਂ ਇਲਾਵਾ ਇਹਦਾ ਕੁਐਸਚਨ ਹੋਰ ਨਹੀਂ ਪੁੱਛਿਆ ਜਾਂਦਾ ਹੁੰਦਾ ਅਸੈਸਮੈਂਟ ਦੇ ਕਿਹੜੇ ਕਿਹੜੇ ਪੋਰਸ਼ਨ ਆ। ਅਸੈਸਮੈਂਟ ਆਫ ਲਰਨਿੰਗ, ਫੋਰ ਲਰਨਿੰਗ, ਐਜ਼ ਇਨ ਲਰਨਿੰਗ ਤੇ ਇਨ ਲਰਨਿੰਗ। ਇਹਦੇ ਵਿੱਚੋਂ ਜਿਹੜੇ ਫਸਟ ਦੋ ਅਸੀਂ ਡਿਸਕਸ ਕਰ ਚੁੱਕੇ ਹਾਂ ਉਹਨੂੰ ਥੋੜ੍ਹਾ ਜਿਹਾ ਰਿਵਾਈਜ਼ ਕਰਦੇ ਹਾਂ, ਫਿਰ ਆਪਾਂ ਅੱਗੇ ਚੱਲਦੇ ਹਾਂ। ਅਸੈਸਮੈਂਟ ਫੋਰ ਲਰਨਿੰਗ ਆਫ ਸੋਰੀ ਅਸੈਸਮੈਂਟ ਆਫ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆਫ ਲਰਨਿੰਗ ਹੁੰਦੀ ਹੈ ਉਹ ਕਿਸ ਚੀਜ਼ ਦੇ ਨਾਲ ਰਿਲੇਟਡ ਹੁੰਦੀ ਹੈ। ਤਾਂ ਆਫ ਮੀਨਸ ਜਿਹੜੀਆਂ ਸਾਡੀਆਂ ਸਾਰੇ ਸਾਲ ਦੀਆਂ ਕਿਰਿਆਵਾਂ ਹੁੰਦੀਆਂ ਉਹਨਾਂ ਨਾਲ ਹੁੰਦੀ ਹੈ ਜੀ। ਇਹਨੂੰ ਸਲਾਨਾ ਕਿਹਾ ਜਾਂਦਾ ਹੈ, ਇਹ ਸਲਾਨਾ ਹੁੰਦੀ ਹੈ। ਸਲਾਨਾ ਦੇ ਵਿੱਚ ਅਸੀਂ ਗੱਲ ਕਰ ਸਕਦੇ ਹਾਂ ਬੱਚੇ ਦੇ ਐਨੂਅਲ ਐਗਜ਼ਾਮ, ਫਾਈਨਲ ਐਗਜ਼ਾਮ, ਹਾਫ ਈਅਰਲੀ, ਕਿਉਂਕਿ ਹਾਫ ਈਅਰਲੀ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਐਸੇ ਵਨ ਜਿਹੜੀ ਉਹ ਗਿਣੀ ਜਾ ਸਕਦੀ ਹੈ। ਰਿਪੋਰਟ ਕਾਰਡ ਨਾਲ ਸੰਬੰਧਿਤ, ਰਿਪੋਰਟ ਕਾਰਡ ਦੀ ਜਿਹੜੀ ਐਕਟੀਵਿਟੀ ਉਹ ਅਸੈਸਮੈਂਟ ਆਫ ਲਰਨਿੰਗ ਦਾ ਹਿੱਸਾ ਜੀ। ਤੇ ਅਸੈਸਮੈਂਟ ਆਫ ਲਰਨਿੰਗ ਕਿਹਦੇ ਵਰਗੀ ਹੁੰਦੀ ਹੈ ਜੀ? ਤਾਂ ਤੁਹਾਡਾ ਆਂਸਰ ਸੀਗਾ ਜੀ ਸਮੇਟਿਵ। ਇਹ ਵੀ ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕਿਆ ਇਹਦੇ ਵਿੱਚ ਸਮੇਟਿਵ ਅਸੈਸਮੈਂਟ। ਜਿੱਥੇ ਵੀ ਤੁਹਾਨੂੰ ਅਸੈਸਮੈਂਟ ਆਫ ਲਰਨਿੰਗ ਮਿਲੇਗੀ ਉੱਥੇ ਜਾਂ ਤਾਂ ਆਹ ਆਂਸਰ ਬਣੇਗਾ ਜੀ ਤੁਹਾਡਾ ਅਸੈਸਮੈਂਟ ਸਮੇਟਿਵ ਲਰਨਿੰਗ, ਤੇ ਜੇ ਨਹੀਂ ਤਾਂ ਫਿਰ ਉਹਦੇ ਵਿੱਚ ਐਨੂਅਲ ਐਗਜ਼ਾਮ ਪੁੱਛੇ ਜਾ ਸਕਦੇ ਆ, ਫਾਈਨਲ ਐਗਜ਼ਾਮ, ਹਾਫ ਇਅਰਲੀ ਐਗਜ਼ਾਮ, ਰਿਪੋਰਟ ਕਾਰਡ ਜਾਂ ਐਂਡ ਆਫ ਦਾ ਈਅਰ, ਐਂਡ ਆਫ ਦਾ ਈਅਰ। ਇਹ ਚੀਜ਼ਾਂ ਜਿਹੜੀ ਇਹ ਹੈ, ਠੀਕ ਹੈ। ਰੱਖਣਾ ਦੇਖੋ ਆਫ, ਆਫ ਦਾ ਮਤਲਬ ਹੁੰਦਾ ਦਾ, ਵੀ ਅਸੈਸਮੈਂਟ ਦਾ ਸਿੱਖਣ ਲਈ ਮੁਲਾਂਕਣ ਕੀ ਹੁੰਦਾ, ਸਿੱਖਣ ਦਾ ਮੁਲਾਂਕਣ ਹੋ ਗਿਆ ਇਹ। ਤਾਂ ਸਿੱਖਣ ਦਾ ਜਿਹੜਾ ਮੁਲਾਂਕਣ ਉਹ ਸਾਡੀਆਂ ਸਲਾਨਾ ਕਿਰਿਆਵਾਂ ਨਾਲ ਸੰਬੰਧਿਤ ਹੈ। ਆਹ ਸਾਰੇ ਜਿਹੜੇ ਆਸਪੈਕਟਸ ਆ, ਆਹ ਸਾਰੇ ਜਿਹੜੇ ਟੂਲਸ ਆ, ਇਹ ਤੁਹਾਡੇ ਲਏ ਜਾਂਦੇ ਆ ਸਬਮਿਟਿਵ ਅਸੈਸਮੈਂਟ ਦੇ ਵਿੱਚ, ਇਹ ਅਸੀਂ ਪੜ੍ਹੇ ਹੋਏ ਆ। ਜੇ ਇਹਦੇ 'ਚ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਪਲੀਜ਼ ਪੁੱਛ ਲਿਓ, ਠੀਕ ਹੈ। ਦੈਨ ਅਸੀਂ ਇਸ ਗੱਲ ਕੀਤੀ ਸੀਗੀ ਜਿਹੜਾ ਸੈਕਿੰਡ ਪੋਰਸ਼ਨ ਪੜ੍ਹਿਆ ਸੀ ਉਹ ਅਸੀਂ ਪੜ੍ਹਿਆ ਸੀਗਾ ਅਸੈਸਮੈਂਟ ਫਾਰ ਲਰਨਿੰਗ ਦਾ। ਤੇ ਜਿਹੜੀ ਅਸੈਸਮੈਂਟ ਫਾਰ ਲਰਨਿੰਗ ਹੁੰਦੀ ਆ ਉਹ ਸਾਰੀਆਂ ਕਲਾਸ ਐਕਟੀਵਿਟੀਜ਼ ਨਾਲ ਰਿਲੇਟਡ ਹੁੰਦੀ ਹੈ ਜੀ। ਜੋ ਚੀਜ਼ ਵੀ ਤੁਸੀਂ ਕਲਾਸ ਦੇ ਵਿੱਚ ਕਰਵਾਉਣੀ ਹੋ, ਤੁਸੀਂ ਕਲਾਸ ਦੇ ਵਿੱਚ ਬੱਚਿਆਂ ਦੀ ਨੋਟਬੁੱਕ ਚੈਕਿੰਗ, ਅਸਾਈਨਮੈਂਟ, ਪ੍ਰੋਜੈਕਟ, ਸੈਮੀਨਾਰ, ਗਰੁੱਪ ਡਿਸਕਸ਼ਨ, ਠੀਕ ਹੈ, ਐਮਸੀਕਿਊ ਪ੍ਰੈਕਟਿਸ ਹੋ ਗਈ, ਕੁਐਸਚਨ ਆਨਸਰ ਪ੍ਰੈਕਟਿਸ ਹੋ ਗਈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਲਾਸ ਦੇ ਨਾਲ ਰਿਲੇਟਡ ਆ ਉਹ ਕਰਾਉਣੇ ਆ ਜੀ। ਤੇ ਜਿਹੜਾ ਇਹ ਹੈਗਾ ਅਸੈਸਮੈਂਟ ਫੋਰ, ਫੋਰ ਕਾਹਦੇ ਲਈ ਹੈ ਜੀ? ਸਮਝ ਲਓ ਕਲਾਸ ਲਈ ਹੈ। ਤਾਂ ਤੁਹਾਨੂੰ ਡਾਇਰੈਕਟ ਆਨਸਰ ਮਿਲੂਗਾ ਜੀ, ਇਹਦਾ ਕਲਾਸ ਆ ਤਾਂ ਤੁਸੀਂ ਆਨਸਰ ਦਿਓਗੇ ਅਸੈਸਮੈਂਟ ਫੋਰ ਲਰਨਿੰਗ। ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਸਿੱਖਣ ਲਈ ਮੁਲਾਂਕਣ ਦਾ ਸੰਬੰਧ ਹੇ ਲਿਖਿਆ ਵਿੱਚੋਂ ਕਿਹੜੀ ਚੀਜ਼ ਨਾਲ ਹੈ, ਤਾਂ ਉਹ ਕਲਾਸ ਦੇ ਨਾਲ ਹੁੰਦਾ ਜੀ, ਉਹ ਚੀਜ਼ ਕਲਾਸ ਨਾਲ ਹੁੰਦੀ ਹੈ। ਤਾਂ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਇਹਨੂੰ ਅਸੀਂ ਫਾਰਮੈਟਿਵ ਅਸੈਸਮੈਂਟ ਦਾ ਨਾਮ ਦਿੰਦੇ ਹਾਂ। ਇਹਦਾ ਦੂਸਰਾ ਨਾਮ ਆ ਜੀ ਫਾਰਮੈਟਿਵ ਅਸੈਸਮੈਂਟ, ਇਹਨੂੰ ਫਾਰਮੈਟਿਵ ਅਸੈਸਮੈਂਟ ਕਹਿੰਦੇ ਆ। ਕਲਾਸ ਦੇ ਵਿੱਚ ਅਸੀਂ ਬੱਚੇ ਦੇ ਲਈ ਨੋਟਬੁੱਕ ਚੈਕਿੰਗ ਕਰਦੇ ਹਾਂ, ਠੀਕ ਹੈ। ਨੈਕਸਟ ਜਿਹੜੇ ਲੈਸਨਸ ਹੈ ਉਹਦੇ ਨਾਲ ਬੱਚੇ ਨੂੰ ਜੋੜਦੇ ਹਾਂ, ਠੀਕ ਹੈ। ਉਹਦੀਆਂ ਅਸਾਈਨਮੈਂਟਸ ਆ ਜਿਹੜੀਆਂ ਉਹ, ਇਹ ਕੁਐਸਚਨ ਬਣਿਆ ਹੋਇਆ ਜੀ, ਉਹ ਕੁਐਸਚਨ ਇਹ ਪੁੱਛ ਸਕਦੇ ਆ ਵੀ ਮੰਨ ਲਓ ਆਹ ਚੀਜ਼ਾਂ ਪਾਤੀ ਉਹਨਾਂ ਨੇ ਨੋਟਬੁੱਕ, ਲੈਸਨ,
ਗਰੁੱਪ ਡਿਸਕਸ਼ਨ ਅਸਾਈਨਮੈਂਟ ਉਹ ਕਿਸ ਤਰ੍ਹਾਂ ਦੀ ਅਸੈਸਮੈਂਟ ਦਾ ਹਿੱਸਾ ਜਾਂ ਤਾਂ ਤੁਹਾਡਾ ਆਨਸਰ ਆ ਬੰਦਾ ਹੋਵੇਗਾ ਅਸੈਸਮੈਂਟ ਫਾਰ ਲਰਨਿੰਗ ਤੇ ਨਹੀਂ ਤੁਹਾਡਾ ਆਨਸਰ ਬੰਦ ਹੋਵੇਗਾ ਫਾਰਮੈਟਿਵ ਅਸੈਸਮੈਂਟ ਓਕੇ ਇਹ ਚੀਜ਼ ਹੋਵੇਗੀ ਅਸਾਈਨਮੈਂਟ ਹੋ ਗਿਆ ਗਰੁੱਪ ਡਿਸਕਸ਼ਨ ਹੋ ਗਿਆ ਸੈਮੀਨਾਰ ਹੋ ਗਏ ਜਿਹੜੇ ਬੱਚਿਆਂ ਨੂੰ ਅਸੀਂ ਪ੍ਰੋਜੈਕਟ ਸੈਮੀਨਾਰ ਪ੍ਰੋਜੈਕਟ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਲਾਸ ਚ ਹੋਣਗੀਆਂ ਜੀ ਇੱਕ ਕੁਐਸਚਨ ਹੋਰ ਦੱਸਿਆ ਸੀ ਤੁਹਾਨੂੰ ਕਿ ਇੱਕ ਅਧਿਆਪਕ ਦੁਆਰਾ ਆਪਣੀ ਕਲਾਸ ਦੇ ਬੱਚਿਆਂ ਨੂੰ ਇੱਕ ਟ੍ਰਿਪ ਜਾਂ ਟੂਰ ਤੇ ਲਿਜਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਕਲਾਸ ਵਿੱਚ ਆ ਕੇ ਇੱਕ ਡਿਸਕਸ਼ਨ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਟੂਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੇਖੀ ਸਿੱਖੀ ਕਿੱਥੇ ਕਿੱਥੇ ਗਏ ਤਾਂ ਦੇਖੋ ਬੱਚੇ ਟ੍ਰਿਪ ਤੇ ਜਾ ਰਹੇ ਆ ਟੂਰ ਤੇ ਜਾ ਰਹੇ ਆ ਆ ਕੇ ਜਿਹੜੀ ਡਿਸਕਸ਼ਨ ਕਰ ਰਹੇ ਹੋ ਤਾਂ ਕਲਾਸ ਹੀ ਕਰ ਰਹੇ ਆ ਹਾਂ ਉਹ ਆਉਂਦੇ ਆਉਂਦੇ ਰਸਤੇ 'ਚ ਬਥੇਰੇ ਕਰ ਲੈਂਦੇ ਆ ਠੀਕ ਹੈ ਪਰ ਐਕਚੁਅਲ ਦੇ ਵਿੱਚ ਉਹ ਜਿਹੜਾ ਟੂਲ ਹੈ ਉਹ ਕਲਾਸ ਦਾ ਟੂਲ ਹੈ ਜੀ ਤੁਹਾਡਾ ਤੇ ਜਿਹੜਾ ਕਲਾਸ ਦਾ ਟੂਲ ਹੁੰਦਾ ਉਹਨੂੰ ਅਸੀਂ ਫਾਰਮੇਟਿਵ ਅਸੈਸਮੈਂਟ ਕਵਾਂਗੇ ਜੇ ਬਾਈ ਚਾਂਸ ਫਾਰਮੇਟਿਵ ਅਸੈਸਮੈਂਟ ਆਪਸ਼ਨ 'ਚ ਨਹੀਂ ਮਿਲਦਾ ਫਿਰ ਤੁਹਾਡਾ ਆਨਸਰ ਹੋਵੇਗਾ ਅਸੈਸਮੈਂਟ ਫਾਰ ਲਰਨਿੰਗ ਓਕੇ ਇਹ ਦੋ ਚੀਜ਼ਾਂ ਜਿਹੜੀਆਂ ਅਸੀਂ ਕੁਐਸਚਨ ਡਿਸਕਸ ਕੀਤੀਆਂ ਸੀਗੀਆਂ ਨੈਕਸਟ ਜਿਹੜੀ ਚੀਜ਼ ਹੈ ਅਸੈਸਮੈਂਟ ਐਜ਼ ਲਰਨਿੰਗ ਆਪਾਂ ਉਹਦੀ ਗੱਲ ਕਰਦੇ ਹਾਂ ਇਹਦਾ ਜੇ ਕੋਈ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਨਹੀਂ ਹੈ ਇਸ ਕਰਕੇ ਮੈਨੂੰ ਦੱਸ ਦਿਓ ਫਿਰ ਆਪਾਂ ਅੱਗੇ ਪ੍ਰੋਸੀਡ ਕਰਦੇ ਹਾਂ ਅਮਨਦੀਪ ਕੌਰ ਹਰਪ੍ਰੀਤ ਕੌਰ ਓਕੇ ਇਹ ਬੰਦੇ ਕਹਿੰਦੇ ਅੱਗੇ ਵਧੋ ਚਲੋ ਅੱਗੇ ਵਧਦੇ ਹੀ ਜਿਹੜੇ ਦੋ ਬਾਕੀ ਟੂਲ ਬਚ ਗਏ ਸੀਗੇ ਉਹ ਸੀਗਾ ਜੀ ਆਪਣੇ ਕੋਲ ਜਿਹੜਾ ਥਰਡ ਹੈ ਉਹਨੂੰ ਅਸੀਂ ਅਸੈਸਮੈਂਟ ਐਜ਼ ਲਰਨਿੰਗ ਬੋਲਦੇ ਹਾਂ ਜੀ ਤੇ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਸਿੱਖਣ ਦਾ ਸਵੈ ਮੁਲਾਂਕਣ ਸਿੱਖਣ ਦਾ ਸਵੈ ਮੁਲਾਂਕਣ ਹੁਣ ਤੁਸੀਂ ਸਾਰੇ ਸਟੱਡੀ ਕਰਦੇ ਹੋ ਤਾਂ ਤੁਸੀਂ ਆਪਦੀ ਅਸੈਸਮੈਂਟ ਖੁਦ ਕਰ ਰਹੇ ਹੋ ਜੀ ਠੀਕ ਹੈ ਜਾਂ ਤਾਂ ਇਹ ਕਹਿ ਲਓ ਕਿ ਜਿਹੜੀ ਲਾਈਨ ਪੜ੍ਹਦੇ ਹੋ ਉਹਦੇ ਉੱਪਰ ਹੱਥ ਰੱਖ ਲੈਂਦੇ ਹੋ ਮੁੜ ਕੇ ਕੱਖ ਮੀਚ ਲੈਂਦੇ ਹੋ ਫਿਰ ਪੜ੍ਹਦੇ ਹੋ ਹਨਾ ਜਾਂ ਤਾਂ ਇਹ ਕਨਸੈਪਟ ਤੁਹਾਡਾ ਚੱਲਦਾ ਹੋਊਗਾ ਜਾਂ ਘਰੇ ਕਿਸੇ ਨੂੰ ਸੁਣਾ ਕੇ ਵੇਖਦੇ ਹੋਵੋਗੇ ਉਹ ਮਤਲਬ ਆਪਣਾ ਮੁਲਾਂਕਣ ਕਰਨਾ ਹੀ ਤੁਸੀਂ ਤੁਹਾਨੂੰ ਕਿੰਨਾ ਕੁ ਕੁਛ ਆਉਂਦਾ ਪਿਆ ਉਹ ਸਵੈ ਮੁਲਾਂਕਣ ਹੁੰਦਾ ਜੀ ਤੇ ਜਿਹੜੀ ਅਸੈਸਮੈਂਟ ਐਜ਼ ਲਰਨਿੰਗ ਹੁੰਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਟੂਲ ਆ ਜਿਹੜੇ ਕੰਸੀਡਰ ਕੀਤੇ ਜਾਂਦੇ ਆ ਇੱਕ ਹੁੰਦਾ ਜੀ ਪੀਅਰ ਗਰੁੱਪ ਬੱਚਾ ਆਪਣੇ ਹਮ ਉਮਰ ਸਾਥੀਆਂ ਦੇ ਨਾਲ ਸਵੈ ਮੁਲਾਂਕਣ ਕਰਦਾ ਜੀ ਠੀਕ ਹੈ ਇੱਕ ਚੈੱਕ ਲਿਸਟ ਵਰਡ ਆਉਂਦਾ ਹੁੰਦਾ ਚੈੱਕ ਲਿਸਟ ਬੱਚੇ ਖੁਦ ਦੀਆਂ ਚੈੱਕ ਲਿਸਟ ਤਿਆਰ ਕਰਦੇ ਆ ਇੱਕ ਬੱਚੇ ਖੁਦ ਦੀਆਂ ਐਕਸਰਸਾਈਜ਼ ਕਰਦੇ ਆ ਪੀਅਰ ਗਰੁੱਪ ਐਕਟੀਵਿਟੀ ਹੁੰਦੀ ਹੈ ਠੀਕ ਹੈ ਇਹ ਜਿਹੜੇ ਆਸਪੈਕਟਸ ਆ ਇਹ ਟੂਲ ਹੈ ਉਹ ਅਸੈਸਮੈਂਟ ਐਜ਼ ਲਰਨਿੰਗ ਦੇ ਆ ਇਹ ਉਹ ਕੰਡੀਸ਼ਨ ਹੁੰਦੀ ਹੈ ਇਹ ਉਸ ਤਰ੍ਹਾਂ ਦਾ ਮੁਲਾਂਕਣ ਹੁੰਦਾ ਹੈ ਜਿਹਦੇ ਵਿੱਚ ਇੱਕ ਟੀਚਰ ਦੇ ਕਰਵਾਏ ਹੋਏ ਕੰਮ ਨੂੰ ਬੱਚੇ ਖੁਦ ਚੈੱਕ ਕਰਦੇ ਆ ਓਕੇ ਟੀਚਰ ਦੁਆਰਾ ਇੱਕ ਚੈਪਟਰ ਰੀਡ ਕਰਵਾਇਆ ਗਿਆ ਬੱਚਿਆਂ ਨੂੰ ਠੀਕ ਹੈ ਬਾਅਦ ਦੇ ਵਿੱਚ ਉਸ ਚੀਜ਼ ਦੇ ਬੱਚਿਆਂ ਨੂੰ ਕੁਐਸਚਨ ਆਨਸਰ ਕਰਵਾਏ ਗਏ ਆ ਉਹਨਾਂ ਕੁਐਸਚਨ ਆਨਸਰਸ ਨੂੰ ਕੀ ਕਰਨਾ ਬੱਚਿਆਂ ਨੇ ਇਨ ਦਾ ਐਸੈਂਸ ਆਫ ਦਾ ਟੀਚਰ ਇੱਕ ਦੂਸਰੇ ਨੂੰ ਮਤਲਬ ਉਹ ਕੁਐਸਚਨ ਨੋਟਬੁੱਕਸ ਦੇ ਉੱਪਰ ਲਿਖ ਕੇ ਦੇਣੇ ਆ ਠੀਕ ਹੈ ਜਦੋਂ ਨੋਟਬੁੱਕਸ ਦੇ ਉੱਪਰ ਲਿਖ ਕੇ ਦੇਣਗੇ ਤਾਂ ਮੰਨ ਲਓ ਏ ਸਟੂਡੈਂਟ ਆ ਤੇ ਬੀ ਸਟੂਡੈਂਟ ਆ ਇੰਟਰਚੇਂਜ ਕਰਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਨੋਟਬੁੱਕ ਚੈਕਿੰਗ ਕਰਨੀ ਆ ਉਹ ਹੁੰਦੀ ਹੈ ਚੈੱਕ ਲਿਸਟ ਕਰਨੀ ਉਹਨੂੰ ਕਹਿੰਦੇ ਪੀਅਰ ਗਰੁੱਪ ਦਾ ਮੁਲਾਂਕਣ ਕਰਨਾ ਆਪਣੇ ਗਰੁੱਪ ਦਾ ਮੁਲਾਂਕਣ ਖੁਦ ਕਰਦੇ ਆ ਉਹ ਜਿੱਥੇ ਬੱਚੇ ਆਪਣਾ ਖੁਦ ਦਾ ਮੁਲਾਂਕਣ ਕਰਦੇ ਆ ਉਹਨੂੰ ਅਸੀਂ ਅਸੈਸਮੈਂਟ ਐਜ਼ ਲਰਨਿੰਗ ਕਹਿੰਦੇ ਹਾਂ ਵੀ ਸਾਨੂੰ ਕਿੰਨਾ ਆਉਂਦਾ ਅਸੀਂ ਕਿੰਨਾ ਸਿੱਖਿਆ ਹੋਇਆ ਠੀਕ ਹੈ ਜਦੋਂ ਐਜ਼ ਲਰਨਿੰਗ ਹੋਊਗੀ ਤਾਂ ਉਦੋਂ ਆਹ ਚੀਜ਼ਾਂ ਦੇਖੀਆਂ ਜਾ ਸਕਦੀਆਂ ਜ਼ਿਆਦਾ ਇਹਦੇ ਵਿੱਚ ਇੱਕ ਦੋ ਲਾਈਨਾਂ ਐਕਸਟਰਾ ਵੀ ਮੈਂ ਲਿਖੀਆਂ ਹੋਣਗੀਆਂ ਤੇ ਉਹ ਵੀ ਤੁਸੀਂ ਸਟੱਡੀ ਕਰ ਸਕਦੇ ਹੋ ਤੁਹਾਡੇ ਨੋਟਸ ਦੇ ਵਿੱਚ ਠੀਕ ਹੈ ਜੀ ਨੈਕਸਟ ਹੈਗਾ ਜੀ ਆਪਣੇ ਕੋਲੇ ਅਸੈਸਮੈਂਟ ਇਨ ਲਰਨਿੰਗ ਸਰ ਨੋਟ ਤੇ ਕਿਹੜੇ ਪੇਜ ਨੰਬਰ ਤੇ ਹੈ ਮੈਨੂੰ ਤਾਂ ਮਿਲਿਆ ਨਹੀਂ ਕਿਹੜਾ ਜੀ ਇਹ ਲਿਖਿਆ ਹੋਇਆ ਜੀ ਲੱਭੋ 39 ਪੇਜ ਨੰਬਰ 39 ਇਸ ਸਰ ਓਕੇ ਥੈਂਕ ਯੂ ਨੰਬਰ 30 ਨੈਕਸਟ ਪੋਰਸ਼ਨ ਸੀਗਾ ਸਾਡਾ ਅਸੈਸਮੈਂਟ ਇਨ ਲਰਨਿੰਗ ਦੇਖੋ ਇਹਨੂੰ ਇਨਕੁਆਇਰੀ ਬੇਸਡ ਬੋਲਦੇ ਆ ਜੀ ਇਨਕੁਆਇਰੀ ਬੇਸਡ ਕੀ ਹੁੰਦਾ ਜਿੱਥੇ ਕੁਐਸਚਨ ਆਨਸਰ ਪੁੱਛੇ ਜਾਂਦੇ ਆ ਇੱਕ ਇਨਕੁਆਇਰੀ ਕੀਤੀ ਜਾਂਦੀ ਹੈ ਠੀਕ ਹੈ ਤੁਹਾਨੂੰ ਵੀ ਕੁਐਸਚਨ ਆਨਸਰ ਪੁੱਛੇ ਜਾਂਦੇ ਆ ਇੱਕ ਏ ਟੀਚਰ ਨੇ ਕੰਮ ਕਰਾਇਆ
ਤੇ ਉੱਥੇ ਬੀ ਟੀਚਰ ਆ ਕੇ ਏ ਟੀਚਰ ਵਾਲੇ ਕੁਐਸਚਨ ਪੁੱਛਣੇ ਸ਼ੁਰੂ ਕਰਦੇ ਨੇ। ਅਸੀਂ ਇਨਕੁਆਇਰੀ ਬੇਸਡ ਕਵਾਂਗੇ ਕਿਉਂ, ਦੇਖੋ ਜਦੋਂ ਤਾਂ ਅਸੈਸਮੈਂਟ ਐਜ਼ ਲਰਨਿੰਗ ਤੇ ਇਨ ਲਰਨਿੰਗ ਦੇ ਫਰਕ ਕੀ ਆ, ਥੋੜਾ ਜਿਹਾ ਡਿਫਰੈਂਸ ਸੁਣ ਲਿਓ। ਜਿਹੜਾ ਐਜ਼ ਲਰਨਿੰਗ ਸੀਗੀ ਜੀ, ਉਹਦੇ ਵਿੱਚ ਕੀ ਕਰੂਗਾ, ਜਿਹੜਾ ਟੀਚਰ ਪੜਾਊਗਾ ਉਹੀ ਪੁੱਛਦਾ ਰਹੂਗਾ ਜੀ ਨਾਲ ਨਾਲ, ਉਹ ਐਜ਼ ਹੋ ਗਈ। ਜਾਂ ਕੀ ਹੈ, ਬੱਚੇ ਖੁਦ ਪੁੱਛਣਗੇ ਆਪਦੇ ਆਪ ਨੂੰ ਤਾਂ ਐਜ਼ ਹੋ ਗਈ। ਹੁਣ ਇਹਦਾ ਡਿਫਰੈਂਸ ਇਹਦੇ ਨਾਲ ਕਿਵੇਂ ਬਣਦਾ, ਇਹਨੂੰ ਅਸੀਂ ਇਨਕੁਆਇਰੀ ਬੇਸਡ ਲਰਨਿੰਗ ਕਿਉਂ ਬੋਲਦੇ ਹਾਂ, ਅਸੈਸਮੈਂਟ ਇਨ ਲਰਨਿੰਗ। ਤਾਂ ਇਹਦਾ ਮਤਲਬ ਕੀ ਹੁੰਦਾ ਵੀ ਇੱਕ ਟੀਚਰ ਦੁਆਰਾ ਕਰਵਾਏ ਗਏ ਕੰਮ ਨੂੰ ਜਦੋਂ ਹੋਰ ਕੋਈ ਟੀਚਰ ਆ ਕੇ ਬੱਚੇ ਨੂੰ ਪੁੱਛਦਾ ਤਾਂ ਉਹਨੂੰ ਅਸੀਂ ਅਸੈਸਮੈਂਟ ਇਨ ਲਰਨਿੰਗ ਦਾ ਨਾਮ ਦੇਵਾਂਗੇ। ਠੀਕ ਹੈ, ਉਹਦੇ ਤੇ ਇਨਕੁਆਇਰੀ ਹੋ ਰਹੀ ਹੈ ਜੀ, ਇਹਨੂੰ ਫਰਟਾਈਲ ਕੁਐਸਚਨ ਬੋਲਦੇ ਆ ਜੀ, ਫਰਟਾਈਲ ਕੁਐਸਚਨਿੰਗ ਜਾਂ ਕੁਐਸਚਨ। ਠੀਕ ਹੈ, ਫਿਰ ਇਹਨੂੰ ਸੌਕਰੇਟ ਕੁਐਸਚਨਿੰਗ ਦਾ ਨਾਮ ਦਿੱਤਾ ਜਾਂਦਾ ਜੀ। ਸੌਕਰੇਟਿੰਗ ਕੁਐਸਚਨਿੰਗ ਦਾ ਮਤਲਬ ਇਹ ਹੁੰਦਾ ਕੁਐਸਚਨ ਆਨਸਰ ਪੁੱਛਣੇ। ਤੇ ਤੁਸੀਂ ਦੇਖੋ ਵੀ ਸੁਕਰਾਤ ਨੇ ਇੱਕ ਵਿਧੀ ਦਿੱਤੀ ਸੀਗੀ, ਸੁਕਰਾਤ ਨੇ ਇੱਕ ਵਿਧੀ ਦਿੱਤੀ ਸੀ ਕੁਐਸਚਨ ਆਨਸਰ ਦੀ, ਪ੍ਰਸ਼ਨ ਉੱਤਰ ਵਿਧੀ ਕਿਹਦੇ ਦੁਆਰਾ ਦਿੱਤੀ ਗਈ ਹੈ, ਸੁਕਰਾਤ ਦੁਆਰਾ। ਤੇ ਇਹਨੂੰ ਸੌਕਰੇਟਿੰਗ ਜਾਂ ਸੌਕਰੇਟ ਕੁਐਸਚਨਿੰਗ ਦਾ ਨਾਮ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਕੁਐਸਚਨ ਆਨਸਰ ਪੁੱਛੇ ਜਾਂਦੇ ਜੀ। ਉਹ ਕੁਐਸਚਨ ਆਨਸਰ ਜਿਹੜੇ ਟੀਚਰ ਨੇ ਪੜਾਇਆ ਉਹ ਨਹੀਂ ਪੁੱਛੂਗਾ, ਉਹ ਕਿਸੇ ਹੋਰ ਦੁਆਰਾ ਪੁੱਛੇ ਜਾਣਗੇ। ਗੱਲ ਸਮਝ ਲੱਗ ਗਈ, ਇਹਨੂੰ ਅਸੀਂ ਅਸੈਸਮੈਂਟ ਇਨ ਲਰਨਿੰਗ ਕਹਿੰਦੇ ਹਾਂ। ਤੁਹਾਡੇ ਕਿਸੇ ਟੀਚਰ ਦੁਆਰਾ ਕਰਵਾਏ ਗਏ ਕੰਮ ਦੀ ਜਦੋਂ ਹੋਰ ਦੁਆਰਾ ਇਨਕੁਆਇਰੀ ਕੀਤੀ ਜਾਂਦੀ ਹੈ, ਇਸੇ ਕਰਕੇ ਇਹਨੂੰ ਅਸੈਸਮੈਂਟ ਇਨ ਵੀ ਸਿੱਖਣ ਵਿੱਚ ਮੁਲਾਂਕਣ ਦਾ ਨਾਮ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਦੇਵਾਂਗੇ। ਤਾਂ ਸਿੱਖਣ ਵਿੱਚ ਮੁਲਾਂਕਣ ਹੁੰਦਾ, ਇਹਨੂੰ ਇਨਕੁਆਇਰੀ ਬੇਸ ਦਾ ਨਾਮ ਦਿੱਤਾ ਜਾਂਦਾ। ਠੀਕ ਹੈ, ਇਹ ਮੇਨ ਚੀਜ਼ ਹੈ ਜੀ, ਸਾਰੀ ਲਾਈਨ ਆਫ ਇਨਕੁਆਇਰੀ ਕਹਿ ਦਿੰਦੇ ਕਈ ਵਾਰੀ ਇਹਨੂੰ, ਹੋ ਸਕਦਾ ਨੋਟਸ ਦੇ ਵਿੱਚ ਵੀ ਲਿਖਿਆ ਹੋਵੇ ਲਾਈਨ ਆਫ ਇਨਕੁਆਇਰੀ, ਵੀ ਇੱਕ ਲਾਈਨ ਦੇ ਵਿੱਚ ਇਨਕੁਆਇਰੀ ਕਰਨੀ ਵੀ ਇੱਕ ਟੀਚਰ ਦੁਆਰਾ ਕੀ ਕੰਮ ਕਰਵਾਇਆ ਗਿਆ, ਕਿਸ ਤਰੀਕੇ ਦਾ ਕਰਵਾਇਆ ਗਿਆ। ਓਕੇ, ਇਹ ਆਪਣੇ ਕੋਲੇ ਚਾਰ ਮਤਲਬ ਆਸਪੈਕਟਸ ਹੈਗੇ ਆ ਇਹਦੇ ਅਸੈਸਮੈਂਟ ਦੇ, ਮੈਂ ਇੱਕ ਵਾਰੀ ਓਵਰਵਿਊ ਕਰੂੰਗਾ ਇਹਨੂੰ। ਠੀਕ ਹੈ, ਅਸੀਂ ਪੜ੍ਹ ਚੁੱਕੇ ਹਾਂ ਤੇ ਜਿਹੜੇ ਕੁਐਸਚਨ ਤੁਹਾਨੂੰ ਡਾਇਰੈਕਟ ਬਣਨਗੇ ਉਹ ਅਸੈਸਮੈਂਟ ਆਫ ਲਰਨਿੰਗ ਫੋਰ ਲਰਨਿੰਗ ਦਾ ਵੀ ਪੁੱਛਿਆ ਜਾ ਸਕਦਾ ਹੈ। ਸਮ੍ਰਿਤੀ ਮੈਸੇਜ ਕਰ ਦਿਓ ਜਿਹੜਾ ਤੁਹਾਡਾ ਕੁਐਸਚਨ ਹੈ ਇੱਕ ਵਾਰੀ, ਜਾਂ ਮੈਂ ਮਿਊਟ ਕਰ ਦਿੰਦਾ ਜੀ। ਤਾਂ ਇਹ ਸਾਰਾ ਜਿਹੜਾ ਪੋਰਸ਼ਨ ਸੀਗਾ ਆਪਣਾ ਅਸੈਸਮੈਂਟ ਇਨ ਲਰਨਿੰਗ ਦਾ ਸੀਗਾ। ਇਸ ਤੋਂ ਬਾਅਦ ਜਿਹੜੇ ਚਾਰ ਤੁਹਾਨੂੰ ਮੈਂ ਦੱਸੇ ਸੀਗੇ ਸਿਰਫ ਤੁਸੀਂ ਇਹੀ ਯਾਦ ਰੱਖਣੇ ਆ। ਤਾਂ ਅਸੈਸਮੈਂਟ ਆਪਣੇ ਕੋਲੇ ਸੀਗਾ ਇੱਕ ਤਾਂ ਫੋਰ ਵਾਲਾ ਜਾਂ ਇੱਕ ਆਫ ਵਾਲਾ, ਪਹਿਲਾਂ ਕਰਵਾਇਆ ਫੋਰ ਵਾਲਾ, ਬਾਅਦ ਵਿੱਚ ਕੀਤਾ ਸੀ ਐਜ਼ ਵਾਲਾ, ਫਿਰ ਕੀਤਾ ਉਸ ਤੋਂ ਬਾਅਦ ਇਨ ਵਾਲਾ ਕੀਤਾ। ਤਾਂ ਇੱਕ ਕੁਐਸਚਨ ਜਿਹੜੇ ਡਾਇਰੈਕਟ ਕੁਐਸਚਨ ਬਣਦੇ ਆ, ਜਿਹੜਾ ਇਹਦਾ ਬਣਦਾ ਸੀਗਾ ਜੀ, ਇਹਦਾ ਡਾਇਰੈਕਟ ਕੁਐਸਚਨ ਬਣਦਾ ਸੀਗਾ ਸੁਮੇਟਿਵ ਦਾ, ਇਹਨੂੰ ਅਸੀਂ ਸੁਮੇਟਿਵ ਅਸੈਸਮੈਂਟ ਦੇ ਨਾਲ ਜੋੜਦੇ ਹਾਂ। ਜਿਹੜਾ ਆ ਬਣਦਾ ਸੀਗਾ ਜੀ, ਇਹ ਬਣਦਾ ਸੀਗਾ ਫਾਰਮੈਟਿਵ ਦਾ, ਇਹਨੂੰ ਅਸੀਂ ਫਾਰਮੈਟਿਵ ਅਸੈਸਮੈਂਟ ਨਾਲ ਜੋੜਾਂਗੇ। ਦੈਨ ਜਿਹੜੀ ਆ ਚੀਜ਼ ਸੀਗੀ ਇਹ ਸੈਲਫ ਸੀਗਾ ਜੀ, ਜਦੋਂ ਅਸੀਂ ਖੁਦ ਦੀ ਮਤਲਬ ਕਰਾਂਗੇ, ਆ ਜਿਹੜਾ ਸੀਗਾ ਇਹਨੂੰ ਅਸੀਂ ਇਨਕੁਆਇਰੀ ਕਵਾਂਗੇ। ਤੁਹਾਡੇ ਨੋਟਸ ਦੇ ਵਿੱਚ ਜਮਾਂ ਲਾਸਟ ਦੇ ਵਿੱਚ ਆਹ ਚਾਰ ਚੀਜ਼ਾਂ ਲਿਖੀਆਂ ਹੋਈਆਂ, ਇਹਨਾਂ ਨੂੰ ਚਾਰਾਂ ਨੂੰ ਪੜ੍ਹੋ, ਇਹਨਾਂ ਦੇ ਨਾਮ ਪੜ੍ਹ ਲਓ, ਸਾਰੀ ਅਸੈਸਮੈਂਟ ਉੱਥੋਂ ਕਵਰ ਅਪ ਹੋ ਜੂਗੀ ਆਪਣੀ। ਓਕੇ, ਤਾਂ ਇੱਕ ਜਿਹੜਾ ਐਜ਼ ਵਾਲਾ ਇੱਕ ਕੁਐਸਚਨ ਵੀ ਸੀਗਾ ਇਹਦੇ ਵਿੱਚ ਵੀ ਇੱਕ ਖਾਣਾ ਪਕਾਉਣ ਵਾਲਾ ਉਸ ਖਾਣੇ ਨੂੰ ਖੁਦ ਟੇਸਟ ਕਰਦਾ ਜੀ। ਠੀਕ ਹੈ, ਉਹ ਜਦੋਂ ਖੁਦ ਟੇਸਟ ਕਰਦਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਦਾ ਮੁਲਾਂਕਣ ਦਾ ਨਾਮ ਦੇਵਾਂਗੇ, ਤਾਂ ਅਸੀਂ ਉਹਨੂੰ ਕੀ ਕਵਾਂਗੇ, ਅਸੈਸਮੈਂਟ ਐਜ਼ ਲਰਨਿੰਗ ਦਾ ਨਾਮ ਦਿੱਤਾ ਜਾਂਦਾ ਜੀ। ਉਹ ਚੀਜ਼ ਆ ਸੀਗੀ। ਠੀਕ ਹੈ, ਆ ਸਲਾਨਾ ਹੋ ਗਈ, ਇੱਥੇ ਆ ਗਿਆ ਸਾਡੇ ਕੋਲ ਸਲਾਨਾ ਸ਼ਬਦ ਜਿਹੜਾ ਸਾਲ ਦੇ ਨਾਲ ਸੰਬੰਧਿਤ ਹੈ, ਇੱਥੇ ਸਾਡੇ ਕੋਲ ਕਲਾਸ ਨਾਲ ਸੰਬੰਧਿਤ ਆ ਗਿਆ ਜੀ। ਠੀਕ ਹੈ, ਇੱਥੇ ਸਵੈ ਹੋ ਗਿਆ, ਇੱਥੇ ਇਨਕੁਆਇਰੀ ਹੋ ਗਈ। ਆ ਚਾਰ ਜਿਹੜੇ ਪੁਆਇੰਟਸ ਆ ਇਹਦੇ ਨਾਲ ਰਿਲੇਟਡ ਆ ਜੀ, ਇਹ ਸਾਡੇ ਅਸੈਸਮੈਂਟ ਦੇ ਪੋਰਸ਼ਨ ਦੇ ਵਿੱਚ ਆਉਂਦੇ ਆ। ਤੇ ਫਾਰਮੈਟਿਵ ਤੇ ਸੁਮੇਟਿਵ ਜਿਹੜੀ ਇਕੱਠੀ ਕੀਤੀ ਜਾਂਦੀ ਹੈ ਉਹ ਸੀਸੀਈ ਦੇ ਵਿੱਚ ਆਉਂਦੀ ਹੈ, ਜਿਹੜਾ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਸੀਗੇ ਸੀਸੀਈ। ਤਾਂ ਕੰਟੀਨਿਊਸ ਕੰਪਰੀਹੈਂਸਿਵ ਐਵੈਲੂਏਸ਼ਨ, ਨਿਰੰਤਰ ਲਗਾਤਾਰ ਮੁਲਾਂਕਣ ਕਿਹਾ ਜਾਂਦਾ ਹੈ। ਸੀਸੀਈ ਫੁੱਲ ਆ ਜਿਹੜਾ 100% ਹੁੰਦਾ, ਤੁਹਾਨੂੰ ਕੱਲ ਦੱਸਿਆ ਸੀ, ਆ ਤੁਹਾਡਾ 40% ਰਹੇਗਾ, ਆ ਤੁਹਾਡਾ 60% ਰਹੇਗਾ, ਆ ਕੁਐਸਚਨ ਆ ਜਿਹੜਾ ਐਗਜ਼ਾਮ ਚ ਪੁੱਛਿਆ ਜਾ ਸਕੇ। ਠੀਕ ਹੈ, ਇਹ ਸਾਡੇ ਕੋਲੇ ਸੀਗਾ ਜੀ ਚੈਪਟਰ ਸਾਡਾ ਮੁਲਾਂਕਣ ਦਾ। ਠੀਕ ਹੈ, ਇਹਦੀ ਜਿਹੜੀ ਕੁਐਰੀ ਹੋਈ ਆਪਾਂ ਲਾਸਟ ਤੇ ਡਿਸਕਸ ਕਰਦੇ ਹਾਂ। ਓਕੇ, ਮਿਊਟ ਪਲੀਜ਼ ਐਵਰੀਬਡੀ।
इवान पैवलोवा जेड़ा वो रशियन साइकोलॉजिस्ट होया, एक रूसी मनोविज्ञानी सी। ते इवान पैवलोव द्वारा नू असी फिजियोलिस्ट जा साइकोलॉजिस्ट भी कहने हैं। चिकित्सक सीगा ये चिकित्सक चिकित्सक होंगे है जिहड़े डॉक्टरी पेशेंट नाल संबंधित होंगे है। एक चिकित्सक भी होया जी, एक मनोविज्ञानी भी होया। टू द पॉइंट गल करांगे, बड़ा डीपली जाने की लोड़ नहीं। फिर उस एक्स्ट्रा क्वेश्चन दे विच एक्स्ट्रा क्वेश्चन भी दसांगे आपां तुहानूं। ते इहदे द्वारा इस परसन भी नोबल प्राइज विनर है जी, जिवें जीन पैजर नोबल प्राइज मिलिया होया, इसे परसन भी मिलिया होया। ठीक है, डीप स्टडी ऑफ डाइजेशन इहदे द्वारा की गई है, भी डाइजेशन के उपर डीप स्टडी इहदे द्वारा कोई है। चली चलना बंद कर। हाँ जी, डीप स्टडी ऑफ डाइजेशन इहदे द्वारा की गई है। ये जिहड़ा परसन है ये रशियन साइकोलॉजिस्ट है, इवान पैवलोव। ते एक बिहेवियरिस्ट है, ये भी एक व्यवहारवादी है जी, इहनू भी असीं व्यवहारवादी का नाम देवांगे। हुण इहनू व्यवहारवादी क्यों कहांगे, क्योंकि इहदी जिहड़ी थ्यूरी है उहदा नाम हैगा जी क्लासिकल कंडीशनिंग। क्लासिकल कंडीशनिंग, क्लासिकल कंडीशनिंग क्लासकी सॉरी कंडीशनिंग का नाम दिता जाता है, जां इहनू सी आर थ्यूरी का नाम भी दिता जाता है। शास्त्री अनुबंधन सिद्धांत भी कहा जाता है। ठीक है, एक पंजाबी च लिखा होंदा है अनुकूलन अनुक्रिया का सिद्धांत, अनुकूलन अनुक्रिया का सिद्धांत कहा जाता है। ओके, इन्हें डॉग के उपर जी स्टडी की है, डॉग के उपर किसी चीज के अनुकूल करवा के उदे तो अनुक्रिया करवाई है, इसे करके क्लासिकल कंडीशनिंग का नाम। सी आर का मतलब होंगे कंडीशनल रिस्पोंस। ठीक है जी, सी आर का मतलब होंगे जी कंडीशनल रिस्पोंस थ्योरी। ओके, इहदे द्वारा जिहड़ा एक्सपैरिमेंट किया गया वह किहदे उपर किया गया जी, एक डॉग के उपर। इहनू व्यवहारवादी कहांगे, रशियन साइकोलॉजिस्ट होया इह, फिजियोलॉजिस्ट ते साइकोलॉजिस्ट, जिहनू चिकित्सक ते मनोविज्ञानी कहांगे। नोबल प्राइज विनर रहे जी इह परसन। डीप स्टडी ऑफ डाइजेशन इहदे नाल रिलेटड है। शास्त्रीय अनुबंधन सिद्धांत है, अनुकूलन अनुक्रिया का सिद्धांत पंजाबी च कह दिंदे आ। क्लासिकल कंडीशनिंग है जी, सी आर थ्यूरी है। ठीक है, जिन्होंने कंडीशनल रिस्पोंस का नाम दिता जाता है। ओके, यह जिहड़ी थ्यूरी है क्लासिकल कंडीशनिंग, एक किस तरह के सिद्धांत दे विच आउंदी है जी, लर्निंग दे विच आउंदी है जी। आपां हुण जिहड़ियां गल्लां करदे पए आ इहदे बारे, देखो कि आपां टू द पॉइंट गल कर रहे हैं, भी हरेक जगह विच मान लो पूछा जाए तो क्वेश्चन बनता है जी। ठीक है, आज दे नाम है डीप स्टडी ऑफ डाइजेशन किहदे द्वारा की गई, लर्निंग दे विच नोबल प्राइज विनर कौन है, एक उस मनोविज्ञानी का नाम दसो जिहड़ा चिकित्सक भी सी। ठीक है, मनोविज्ञानी तो असीं ये नाम दे सकते हैं। जां इवान पैवलोव कित्थों दा, मतलब रेजिडेंस सी उहदी रशियन दी, रशियन सीगा। इहदे उपर एक्सपैरिमेंट किया गया, उस उहनूं असीं की नाम देवांगे, उहनूं एक ऑब्जेक्ट कहांगे जिहड़ी चीज़ वरती गई सी, ऑब्जेक्ट। ठीक है, डॉग मतलब की वरते गए सी, जिहड़ा ऑब्जेक्ट वरते गया सी उहनूं की कहांगे, डॉग। क्लीयर है, यह सारा अपना पोर्शन है जी। यहाँ हूँ ये रिलेटिड जी चीज है वो बाद गल करते हैं, जे किसी ने कुछ पूछना है डिस कर लियो, जहाँ यदा स्क्रीनशॉट ले लो, बाकी सारी चीज़ और नोट्स के लिखी हुई है। ठीक है जी, मैं मैसेज करके दस दो भी मैं थोड़ा तो अगे करावा। ओके, हाँ जी रिप्लाई करो जी मैनू मैसेज दे, फिर आप अगे करांगे वर्क। ओके जी, ओके ओके ओके, चलो डन। इवान पैवलोव रशियन साइकोलॉजिस्ट, डॉग उपर एक्सपेरिमेंट किया गया जी, डॉग नू किसी चीज के प्रति अनुकूल किया गया, फिर उहदे तो अनुक्रिया करवाई गई है, डॉग दे बिहेवियर नू स्टडी किया गया। हुण क्वेश्चन बहुत बारी कंफ्यूजन वाला भी बन जाता है,
ਜਿਵੇਂ ਇੱਕ ਬੱਚੇ ਨੇ ਪੁੱਛਿਆ ਸੀ ਕਿ ਵੀ ਇਹਨੂੰ ਇਸੇ ਇਹਦੀ ਥਿਊਰੀ ਨੂੰ ਵੀ ਐਸ ਆਰ ਕਿਉਂ ਕਿਹਾ ਗਿਆ, ਇਸੇ ਦੀ ਥਿਊਰੀ ਨੂੰ ਐਸ ਆਰ ਦਾ ਨਾਮ ਕਿਉਂ ਦਿੱਤਾ, ਥੋਰਨਡਾਈਕ ਨੂੰ ਵੀ ਤੁਸੀਂ ਐਸ ਆਰ ਦਾ ਨਾਮ, ਕਿਉਂਕਿ ਥੋਰਨਡਾਈਕ ਵੀ ਐਸ ਆਰ ਦੇ ਨਾਲ ਹੀ ਸੰਬੰਧਿਤ ਆ ਜੀ, ਤੇ ਇਹ ਪਰਸਨ ਵੀ ਐਸ ਆਰ ਦੇ ਨਾਲ ਆ। ਹੁਣ ਇਹਦਾ ਜਿਹੜਾ ਐਸ ਆਰ ਆ ਉਹ ਐਸ ਕੀ ਹੈ ਤੇ ਓ ਆਰ ਕੀ ਹੈ? ਇਸ ਪਰਸਨ ਦੁਆਰਾ ਜਿਹੜਾ ਵੀ ਓਬਜੈਕਟ ਯੂਜ ਕੀਤਾ ਗਿਆ ਸੀ ਡੌਗ ਸੀ, ਇਹਨੂੰ ਅਸੀਂ ਯੂ ਸੀ ਐਸ ਦਾ ਨਾਮ ਦਿੰਦੇ ਹਾਂ ਤੇ ਇਹਨੂੰ ਅਸੀਂ ਯੂ ਸੀ ਆਰ ਕਹਿੰਦੇ ਹਾਂ। ਜਿਹੜਾ ਯੂਸੀਐਸ ਹੈ ਇਹਦੇ ਦੁਆਰਾ ਵਰਤੇ ਗਏ ਫੂਡ ਨੂੰ ਨਾਮ ਦਿੱਤਾ ਗਿਆ ਜੀ। ਇਵਾਨ ਪੈਵਲੋਵ ਨੇ ਜਿਹੜਾ ਫੂਡ ਡੌਗ ਲਈ ਵਰਤਿਆ ਸੀ ਉਹਨੂੰ ਉਹਨੇ ਯੂਸੀਐਸ ਦਾ ਨਾਮ ਦਿੱਤਾ, ਅਨਕੰਡੀਸ਼ਨਲ ਸਟਿਮੂਲਸ ਦਾ ਨਾਮ ਦਿੱਤਾ ਜੀ। ਇੱਥੇ ਅਨਕੰਡੀਸ਼ਨਲ ਰਿਸਪੋਂਸ ਵੇਖੋ, ਉਹ ਕਹਿੰਦਾ ਅਸੁਭਾਵਿਕ ਕਿਰਿਆ ਕਰਵਾਈ ਉਹਨੇ। ਸੁਭਾਵਿਕ ਕਿਵੇਂ? ਵੀ ਇੱਕ ਡੌਗ ਨੂੰ ਲਿਆਂਦਾ, ਉਹਦੇ ਸਾਹਮਣੇ ਫੂਡ ਰੱਖਿਆ ਤੇ ਉਹਦੀ ਕਿਰਿਆ ਸ਼ੁਰੂ ਹੋ ਗਈ ਜੀ। ਤੇ ਜਿਹੜਾ ਇਹਦੇ ਦੁਆਰਾ ਕਿਰਿਆ ਹੋਈ ਸੀ ਉਹ ਕਿਹਦੇ ਰੂਪ ਚ ਹੁੰਦੀ ਹੈ? ਉਹ ਸਲਾਈਵਾ ਦੇ ਰੂਪ ਚ ਹੁੰਦੀ ਹੈ, ਜਿਹੜੇ ਕੁੱਤੇ ਦੇ ਮੂੰਹ ਦੇ ਵਿੱਚੋਂ ਲਾਲ ਡਿੱਗਦੀ ਹੈ। ਤਾਂ ਆਪਣੇ ਦੇਖੋ ਇੱਕ ਡੌਗ ਨੂੰ ਇਸ ਚੀਜ਼ ਦੇ ਅਨੁਕੂਲ ਕੀਤਾ ਜੀ, ਕਾਹਦੇ? ਇਸ ਫੂਡ ਦੇ। ਹੁਣ ਇੱਥੇ ਵੀ ਐਸ ਆਰ ਪਿਆ ਜੀ, ਐਸ ਮੀਨਸ ਸਟਿਮੂਲਸ, ਆਰ ਮੀਨ ਰਿਸਪੋਂਸ, ਅਨਕੰਡੀਸ਼ਨਲ ਸਟਿਮੂਲਸ, ਅਨਕੰਡੀਸ਼ਨਲ ਰਿਸਪੋਂਸ। ਤੁਹਾਡੇ ਨੋਟਸ ਦੇ ਵਿੱਚ ਮੈਂ ਫੁੱਲ ਫਾਰਮ ਵੀ ਲਿਖੀ ਹੋਈ ਆ, ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ। ਓਕੇ, ਤੁਸੀਂ ਡਾਇਰੈਕਟ ਕੀ ਯਾਦ ਰੱਖ ਸਕਦੇ ਹੋ? ਤੁਸੀਂ ਡਾਇਰੈਕਟ ਇਹ ਚੀਜ਼ ਯਾਦ ਰੱਖ ਸਕਦੇ ਹੋ ਕਿ ਜਿਹੜਾ ਯੂਸੀਐਸ ਹੈ ਉਹਨੂੰ ਨਾਮ ਦਿੱਤਾ ਗਿਆ ਸੀ ਇੱਕ ਫੂਡ ਦਾ। ਹੁਣ ਇਹਦੇ ਪਿੱਛੇ ਜਿਹੜੀ ਕਹਾਣੀ ਕੰਮ ਕਰਦੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੀ ਹੋਊਗੀ, ਪੜ੍ਹੀ ਵੀ ਹੈਗੀ ਤੁਸੀਂ, ਕਿ ਡੌਗ ਨੂੰ ਇੱਕ ਪਿੰਜਰੇ ਦੇ ਵਿੱਚ ਬੰਦ ਕਰਕੇ ਬਾਹਰ ਉਹਦੇ ਸਾਹਮਣੇ ਫੂਡ ਰੱਖਿਆ ਜਾਂਦਾ ਜਿਹਦੇ ਨਾਲ ਉਹਦੇ 'ਚ ਸਟਿਮੂਲੇਸ਼ਨ ਆਉਂਦੀ ਹੈ, ਫਿਰ ਉਹ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਜੀ, ਉਹਦੇ ਮੂੰਹ ਦੇ ਵਿੱਚ ਸਲਾਈਵਾ ਆਉਣਾ ਸ਼ੁਰੂ ਹੋ ਜਾਂਦਾ। ਇਹ ਕਨਸੈਪਟ ਹੈ। ਇਸ ਸਟੈਪ ਨੂੰ ਕਰਨ ਤੋਂ ਬਾਅਦ ਤੁਸੀਂ ਬੰਦੇ ਪੜ੍ਹੀ ਜਾਂਦੇ ਹੋ, ਤੁਸੀਂ ਪੜ੍ਹੀ ਜਾਂਦੇ ਹੋ ਹਨਾ, ਇੱਕ ਕਮਰੇ 'ਚ ਬੈਠੇ ਸਟੱਡੀ ਕਰੀ ਜਾਂਦੇ ਹੋ, ਤੁਹਾਡੇ ਡੈਡੀ ਆਏ ਕੋਈ ਸਮਾਨ ਲੈਂਦਾ ਇੱਦਾਂ ਦਾ ਜਿਹਦੇ ਵਿੱਚੋਂ ਇੱਦੀ ਮੰਨ ਲਓ ਵਧੀਆ ਸਮੈਲ ਮੈਂ ਕਹਿ ਲਓ ਵੀ ਆ ਰਹੀ ਹੈ, ਖੁਸ਼ਬੂ ਆ ਰਹੀ ਹੈ, ਤਾਂ ਤੁਸੀਂ ਸਟਿਮੂਲਸ ਹੋ ਜਾਓਗੇ ਨਾਲ ਦੇ ਨਾਲ ਹੀ। ਇਹਨੂੰ ਅਸੁਭਾਵਿਕ ਕਹਿੰਦੇ, ਅਸੁਭਾਵਿਕ ਸੁਭਾਵਿਕ ਤੌਰ ਤੇ ਉਹਨੇ ਸਟਿਮੂਲੇਸ਼ਨ ਲਿਆਂਦੀ ਹੈ ਜੀ ਉਹਦੇ ਵਿੱਚ। ਇਹ ਤਾਂ ਨਹੀਂ ਹੈਗਾ ਕਿ ਤੁਹਾਨੂੰ ਪਤਾ ਸੀ ਹਾਂਜੀ ਵੀ ਆਹ ਚੀਜ਼ ਆਉਣੀ, ਨਾ, ਕੰਮ ਕਰਦੇ ਹੋਏ ਤੁਹਾਡੇ ਸਾਹਮਣੇ ਇੱਦਾਂ ਦੀ ਚੀਜ਼ ਦੀ ਖੁਸ਼ਬੂ ਪੈਦਾ ਹੁੰਦੀ ਹੈ ਕਿ ਤੁਸੀਂ ਉਹਦੇ ਨਾਲ ਸਟਿਮੂਲਸ ਹੋ ਜਾਂਦੇ ਹੋ, ਉਦੋਂ ਬਾਅਦ ਤੁਹਾਡਾ ਰਿਸਪੌਂਸ ਆਉਂਦਾ ਕਾਪੀਆਂ ਕਿਤਾਬਾਂ ਇੱਕ ਕੋਨੇ 'ਚ ਤਾਂ ਤੁਸੀਂ ਬਾਹਰ। ਠੀਕ ਹੈ, ਇਹ ਉਹ ਚੀਜ਼ ਹੈ, ਉਹ ਸਮਝ ਲਿਓ ਲੋਕ। ਠੀਕ ਹੈ, ਅੱਗੇ ਗੱਲ ਕਰਦੇ ਹਾਂ। ਇਸੇ ਸਟੈਪ ਨੂੰ ਕੰਪਲੀਟ ਕੀਤਾ ਉਹਨੇ ਯੂਸੀਐਸ ਦੇ ਨਾਲ, ਜਿਹਨੂੰ ਅਸੀਂ ਫੂਡ ਕਹਿੰਦੇ ਹਾਂ, ਪਲੱਸ ਕੀ ਕੀਤਾ ਜੀ, ਸੈਕਿੰਡ ਸਟੈਪ ਦੇ ਵਿੱਚ ਉਹਦੇ ਦੁਆਰਾ ਇੱਕ ਬੈਲ ਲਿਆਂਦੀ ਗਈ ਜਿਸ ਨੂੰ ਸੀ ਐਸ ਦਾ ਨਾਮ ਦਿੱਤਾ ਗਿਆ। ਕੀ ਕਹਿੰਦੇ, ਇਹਦਾ ਮਤਲਬ ਕੀ ਹੈ? ਕਹਿੰਦੇ ਕਿ ਇਵਾਨ ਪੈਵਲੋਵ ਨੇ ਕੀ ਕੀਤਾ ਜੀ, ਇੱਕ ਬੈਲ ਵਜਾਈ, ਘੰਟੀ ਵਜਾਈ, ਉਹਦੇ ਨਾਲ ਹੀ ਫੂਡ ਰੱਖਤਾ। ਹੋ ਸਕਦਾ ਪਹਿਲੀ ਵਾਰੀ ਦੇ ਵਿੱਚ ਡੌਗ ਦੁਆਰਾ ਕੋਈ ਰਿਸਪੋਂਸ ਨਾ ਹੋਇਆ ਹੋਵੇ। ਸੈਕਿੰਡ ਸਟੈਪ ਕੀ ਕੀਤਾ? ਫਿਰ ਘੰਟੀ ਵਜਾਉਂਦਾ ਜੀ, ਫਿਰ ਫੂਡ ਰੱਖਦਾ, ਫਿਰ ਘੰਟੀ ਵਜਾਉਂਦਾ, ਫਿਰ ਫੂਡ ਰੱਖਦਾ। ਇਸ ਕਿਰਿਆ ਨੂੰ ਵਾਰੀ ਵਾਰੀ ਕੀਤਾ ਜੀ ਉਹਨੇ, ਕਾਫੀ ਸਾਰੇ ਟਾਈਮ ਰਿਪੀਟ ਕੀਤਾ ਜੀ, ਕਿਉਂਕਿ ਉਹਨੇ ਡੌਗ ਨੂੰ ਇਸ ਚੀਜ਼ ਦੇ ਅਨੁਕੂਲ ਕਰਨਾ ਸੀ। ਓਕੇ, ਇਸ ਸਟੈਪ ਨੂੰ, ਸੈਕਿੰਡ ਸਟੈਪ ਨੂੰ ਕਾਫੀ ਸਮਾਂ ਰਿਪੀਟ ਕਰਨ ਤੋਂ ਬਾਅਦ, ਜਦੋਂ ਕਾਫੀ ਟਾਈਮ ਉਹਨੇ ਰਿਪੀਟ ਕੀਤਾ, ਬੈਲ ਵਜਾਉਂਦਾ, ਫੂਡ ਰੱਖਦਾ, ਤੁਸੀਂ ਯਾਦ ਰੱਖ ਰਹੇ ਹੋ ਨਾ ਵੀ ਫੂਡ ਨੂੰ ਯੂਸੀਐਸ ਕਹਿੰਦੇ ਆ ਤੇ ਸਲਾਈਵਾ ਨੂੰ ਯੂਸੀਆਰ ਕਹਿੰਦੇ ਆ ਤੇ ਸੀਐਸ ਨੂੰ ਬੈਲ ਦਾ ਨਾਮ ਦਿੰਦੇ ਆ। ਤਾਂ ਉਹਨੇ ਇੱਕ ਚੀਜ਼ ਚੈੱਕ ਕੀਤੀ ਕਿ ਜਿਹੜਾ ਸਲਾਈਵਾ ਆ ਰਿਹਾ ਯੂਸੀਆਰ, ਉਹ ਜਿਹੜਾ ਪਹਿਲੇ ਸਟੈਪ ਚ ਆਇਆ ਸੀ ਉਹੀ ਸੈਕਿੰਡ ਸਟੈਪ ਦੇ ਵਿੱਚ ਹੈ ਜੀ, ਉਹੀ ਸੈਕਿੰਡ ਸਟੈਪ ਦੇ ਵਿੱਚ ਹੈ। ਓਕੇ, ਤਾਂ ਇਹ ਕੀ ਹੋਇਆ ਜੀ, ਇਹਨੇ ਇੱਕ ਚੀਜ਼ ਸਟੱਡੀ ਕੀਤੀ, ਆਪਣਾ ਚੱਲਦਾ ਪਿਆ ਸੀ ਵੀ ਫੂਡ ਯੂਸੀਐਸ, ਬੈਲ ਸੀਐਸ ਤੇ ਸਲਾਈਵਾ। ਇਹਨੇ ਦੇਖਿਆ ਵੀ ਜਿਹੜਾ ਪਹਿਲੇ ਸਟੈਪ ਦੇ ਵਿੱਚ ਫੂਡ ਨੂੰ ਦੇਖ ਕੇ ਡੌਗ ਨੇ ਰਿਸਪੋਂਸ ਕੀਤਾ ਸੀ, ਜਿੰਨਾ ਸਲਾਈਵਾ ਇੱਥੇ ਆਇਆ ਉਹਨੇ ਇੱਥੇ ਆਇਆ, ਇਹ ਥਿਊਰੀ ਬੱਚਿਆਂ ਦੇ ਕਿਵੇਂ ਅਪਲਾਈ ਹੋਊਗੀ ਉਹਦੀ ਗੱਲ ਵੀ ਆਪਾਂ ਕਰਦੇ। ਥਰਡ ਸਟੈਪ ਦੇ ਵਿੱਚ ਕੀ ਕੀਤਾ ਜੀ, ਚੀਟਿੰਗ ਕਰ ਗਿਆ ਇਹ ਡੌਗ ਦੇ ਨਾਲ, ਬਹੁਤ ਵੱਡੀ ਚੀਟਿੰਗ ਕੀਤੀ ਇਹਨੇ, ਘੰਟੀਆਂ ਵਜਾਈ ਗਿਆ ਇਕੱਲੀਆਂ। ਠੀਕ ਹੈ, ਕਿਉਂਕਿ ਜਦੋਂ ਵੀ ਆਉਂਦਾ ਸੀ ਇਕੱਲੀ ਬੈਲ ਹੀ ਲਿਆਉਂਦਾ ਸੀ ਜਿਹਨੂੰ ਅਸੀਂ ਸੀਐਸ ਕਹਿੰਦੇ ਹਾਂ, ਇਹ ਘੰਟੀ ਤੇ ਘੰਟੀ ਵਾਰੀ ਮਾਰੀ ਗਿਆ, ਘੰਟੀ ਵਜਾਈ ਗਿਆ, ਡੌਗ ਵਿਚਾਰਾ ਨੱਚਣ ਲੱਗ ਗਿਆ ਨਾਂ ਦੀ ਰਾਣੀ, ਹਨਾ, ਕਿਉਂ? ਉਹਨੂੰ ਤਾਂ ਇਹ ਲੱਗਿਆ ਵੀ ਜਦੋਂ ਬੈਲ ਵੱਜਦੀ ਮੇਰੇ ਲਈ ਫੂਡ ਆਉਂਦਾ ਜੀ। ਤੇ ਡੌਗ ਵਿਚਾਰੇ ਨੇ ਕੀ ਕੀਤਾ, ਉਹਨੇ ਉਸੇ ਚੀਜ਼ ਦਾ ਰਿਸਪੋਂਸ ਫੇਰ ਕਰਤਾ ਜੀ ਯੂਸੀਆਰ ਦਾ, ਉਹਨੇ ਘੰਟੀ ਵਜਾ ਵਜਾ ਕੇ ਮੂੰਹ ਚੋਂ ਸਲਾਈਵਾ ਲਿਆਤਾ ਜੀ, ਦੱਸ ਏਦਾਂ ਦੇ ਕੰਮ ਕਰਦਾ ਇਹ। ਠੀਕ ਹੈ, ਤਾਂ ਸੀਐਸ ਦਾ ਜਿਹੜਾ ਉਹ ਬੈਲ ਹੈ, ਸੀਐਸ ਨੂੰ ਕੀ ਨਾਮ ਦਿੱਤਾ ਜਾਂਦਾ, ਬੈਲ ਦਾ ਨਾਮ ਦਿੱਤਾ ਜਾਂਦਾ। ਤਾਂ ਦੇਖੋ ਹੁਣ ਕੰਡੀਸ਼ਨਿੰਗ ਕਿੱਥੇ ਕੰਮ ਕਰਦੀ ਹੈ, ਇਹ ਕੰਡੀਸ਼ਨਿੰਗ ਹੋ ਗਈ ਕਿਵੇਂ, ਉਹ ਜਿਹੜਾ ਡੌਗ ਆ ਉਹ ਇੱਕ ਕੰਡੀਸ਼ਨਿੰਗ ਦੇ ਉੱਪਰ ਲੱਗ ਚੁੱਕਿਆ ਸੀ,
जो भी घंटी बजती सी उनू ये लगता सी कि उदे लिए फूड आ रहा है तो वह की करता सी कंडीशनल्ड स्टिमुलस के दौरान ही यूसीआर देना शुरू कर गया। ठीक है, सलाइवा उदे मुंह चो आना शुरू हो गया सीगा जी। ओके, आ कंसैप्ट है जी। हुण कंसैप्ट क्वेश्चन कित्थे बनते हैं? क्वेश्चन जिहड़े पिछली बारी बने सीगे पिछले पेपरां दे विच उह ए सी, उन्होंने बैल पुछी सी। बैल एक उद्दीपक वरत्या गया, पंजाबी च क्वेश्चन लिखा सीगा, कहिंदे एक उद्दीपक इवान पैवलोव द्वारा वरत्या गया जो कि एक घंटी सी, ठीक है, जां बैल सी, उहनूं की नाम दिता गया? तां तुहाडा आंसर ऑप्शन दे विचों होवेगा सी एस, उहनूं सी एस कहा सी। जे उह उद्दीपक कह ले भी एक फूड वरत्या गया तां तुहाडा आंसर होवेगा जी यू सी एस दा। ते जे उन्हें पूछा भी एक सलाइवा सी, सलाइवा नूं की नाम दिता गया तां तुहाडा आंसर होवेगा यू सी आर। आ तीन स्टैप इदां दे आ जिहड़े तुहानूं पूछे जा सकते हैं। हुण देखो इत्थे एस आ गया, इत्थे आर आ गया, तां इहदा मतलब एस आर सिधांत इहदा भी बनदा इवान पैवलोव दा, पर यही एस आर सिधांत है जिहड़ा थोरनडाइक दे नाल संबंधित भी हैगा जी। ठीक है, यह थोरनडाइक नाल संबंधित भी है। एस मतलब स्टिमुलेशन, बच्चे विच स्टिमुलेशन लियाउणी जरूरी है, फिर तुहानूं बच्चे रिस्पोंस करते हैं जी। ठीक है, इसे करके वह कंडीशनिंग से लगे होंगे जी। एक कंडीशनिंग इदा की होंगी है कि वह कंडीशनिंग के उपर लग चुके होंगे, जिमें जो कंडीशनिंग के उपर लगे होंगे आ फिर वह रिस्पोंस करते हैं जी। ठीक है, आप गल की इवान पैवलोव की, इवान पैवलोव के आ मेन कंसैप्ट है। तुहाडे लई एक क्वेश्चन है जिहड़ा मैं ऑफलाइन वाले बच्चे नूं नहीं दस्सिया सीगा हजे, वह तुसीं उहदा आंसर खुद फाइंड करना है, वह मैं तुहानूं क्वेश्चन दस दिंदा, वह तुसीं क्वेश्चन का आंसर फाइंड करके आना जी। जे सीधा क्वेश्चन यह होना नहीं, ऐसा सिद्धांत किसका है? जे तुहानूं दोनों, तुसीं हुण कई कुछ बच्चे इदां क्वेश्चन पा लैंदे आ सर जी जे उत्थे ऐसा सिद्धांत उन्होंने पाता दे विच थोरनडाइक पाता दे विच पैवलोव पाता सी की आंसर देवांगे? उत्थे राजे एक कंफलिक्ट नहीं पैदा कर सकते, क्योंकि एस आर के उपर काम यह भी करी जाता, यह भी करी जाता। जे इवान पैवलोव काम करूगा ना फिर यूसीएस होगा जी, उन्होंने असं यूसीएस भी लैके जावे। ठीक है, अदरवाइज एस आर मेन जो है थोरनडाइक का ही है। ठीक है, ये क्वेश्चन इस तरीके बनता। थोड़े लिए क्वेश्चन यह है कि एक क्वेश्चन एड हों के एक्सटिंक्शन